ਅਰਸ਼ਦ ਨਦੀਮ, ਅਰਸ਼ਦ ਨਦੀਮ ਅਤੇ ਅਰਸ਼ਦ ਨਦੀਮ ਮੁਰਦਾ ਕੌਮ ਦਾ ਜ਼ਿੰਦਾ ਹੀਰੋ, ਅਤੇ ਸਾਰੇ ਜਨਾਬ ਹੁਣ ਇਸ ਵੇਲੇ ਅਰਸ਼ਦ ਨਦੀਮ ਦੇ ਪਿੱਛੇ ਲੱਗੇ ਨੇ। ਅਰਸ਼ਦ ਨਦੀਮ ਦੇ ਸਾਲਿਓ, ਅਰਸ਼ਦ ਨਦੀਮ ਨੇ ਤੁਹਾਡੇ 'ਤੇ ਬੜਾ ਅਹਿਸਾਨ ਕੀਤਾ, ਪਰ ਤੁਸੀਂ ਉਹਦੇ 'ਤੇ ਕੀ ਕੀਤਾ? ਉਹ 2012 ਦਾ ਲੱਗਿਆ ਇਹਨਾਂ ਕੰਮਾਂ ਦੇ ਵਿੱਚ, ਉਹ ਖੇਡਣ ਲੱਗਿਆ, ਪਤਾ ਨਹੀਂ ਉਹਨੇ ਭਾਂਡੇ ਵੇਚੇ ਨੇ ਆਪਣੇ, ਕਿਹੜੀਆਂ ਕਿਹੜੀਆਂ ਮਜ਼ਦੂਰੀਆਂ ਕਰਕੇ ਵਿਚਾਰਾ ਇੱਥੋਂ ਤੱਕ ਆਇਆ। ਏਡੀ ਗੈਰਤ ਵਾਲੀ ਕੌਮ, 25 ਕਰੋੜ, ਏਡੇ ਉਹ ਮੀਆਂ ਚੰਨੂ ਵਾਲੇ ਪਿੰਡ ਦੇ ਚੌਧਰੀ, ਕਿਆ ਬਾਤ, ਸੁਭਾਨ ਅੱਲਾ। ਉਹਨੂੰ ਕਿਸੇ ਨੇ ਪਤਾ ਨਹੀਂ ਪੱਠਿਆਂ ਦਿੱਤੀ ਵੱਡੀ ਵੱਢਣ ਦਿੱਤੀ ਹੋਣੀ ਕਿ ਨਹੀਂ ਹੀਰੋ ਬਣਨ ਤੋਂ ਪਹਿਲਾਂ? ਤੁਸੀਂ ਤਾਂ ਉਹਨੂੰ ਆਉਂਦੇ ਹੋਣੇ ਬਸ ਚੱਲ ਇਵੇਂ ਹੀ ਮਲੰਗ ਕਰਿਆ ਫਿਰਦਾ। ਉਹ ਅੱਲਾ ਦੇ ਉਹ ਬੰਦੇ ਹੋ, ਇਹ ਵੀ ਤਾਂ ਵੇਖੋ ਨਾ, ਉਹ 75 ਦਾ ਆਰ ਦਿਓ, 1 ਲੱਖ ਰੁਪਈਏ ਦੀ ਸੀ ਜਾਂ 1 ਰੁਪਈਏ ਦੀ ਜਾਂ 10 ਲੱਖ ਰੁਪਈਆਂ ਦੀ ਸੀ, ਉਹ ਛੋਟੀ ਜਿਹੀ, ਉਹ ਸਾਲ ਪਹਿਲਾਂ ਉਹਨੂੰ ਕਿਸੇ ਲੈਕ ਦਿੱਤੀ 75 ਹਜ਼ਾਰ ਵਾਲੀ ਜਾਂ ਜਿੰਨੇ ਦੀ ਵੀ ਸੀ, ਉਹ 25 ਕਰੋੜ ਆਵਾਮ ਪਿੱਛੇ। ਪਹਿਲਾਂ ਅੱਜ ਤੋਂ ਕੁਝੀਆਂ 30-40 ਸਾਲਾਂ ਪਹਿਲਾਂ ਪਿੰਡਾਂ ਦੇ ਵਿੱਚ ਕੀ ਹੁੰਦਾ ਸੀ, ਇੱਕ ਭਲਵਾਨ ਹੁੰਦਾ ਸੀ ਜਾਂ ਮੁੰਡਾ ਕੋਈ ਵੀ ਖਿਡਾਰੀ ਹੁੰਦਾ ਸੀ, ਅਤੇ ਸਾਰਾ ਪਿੰਡ ਉਹਦੇ ਵਾਸਤੇ ਦੁੱਧ ਅਤੇ ਘਿਓ ਅਤੇ ਬਦਾਮ ਲੈ ਕੇ ਜਾਂਦਾ ਸੀ, ਅਤੇ ਉਹਨੂੰ ਦੇ ਕੇ ਉਹਨਾਂ ਨੂੰ ਵਾਰੀ ਬੰਨੀ ਹੁੰਦੀ ਸੀ ਲੋਕਾਂ ਨੇ ਕਿ ਯਾਰ ਤੂੰ ਦੁੱਧ ਦੇਣਾ ਅਤੇ ਤੂੰ ਮੱਖਣ ਦੇਣਾ ਅਤੇ ਤੂੰ ਉਹਨੂੰ ਘਿਓ ਦੇਣਾ। ਇਸ ਕਿਉਂ ਦਿੰਦੇ ਹਨ? ਲੋਕ ਕਹਿੰਦੇ ਹਨ ਸਾਡੇ ਪਿੰਡ ਦੀ ਇੱਜ਼ਤ ਹੈ, ਇਹ ਸਾਡੇ ਪਿੰਡ ਦਾ ਨਾਂ ਪਰ ਰੋਸ਼ਨ ਕਰਦਾ, ਇਹ ਮੁਲਕ ਦਾ ਪਿਆ ਨਾਂ ਰੋਸ਼ਨ ਕਰਦਾ, ਇਸ ਬੇਸ 25 ਕਰੋੜ ਕੌਮ ਦੀ ਜਿਹਦੇ ਵਿੱਚ ਅਸੀਂ ਆਪ ਸ਼ਾਮਲ ਹਾਂ। ਬੜੀ ਬਾਈ ਤੁਹਾਡੇ ਅੰਦਰ ਗੈਰਤ ਜਾਗੀ ਹੈ, ਹੁਣ ਤੁਹਾਡਾ ਮਾਮਾ ਵੀ ਹੈ, ਤੁਹਾਡੀ ਮਾਸੀ ਵੀ ਹੈ, ਤੁਹਾਡਾ ਸਾਰਾ ਕੁਛ ਹੀ ਉਹ ਹੈ, ਤੁਹਾਡਾ ਅੱਬਾ ਵੀ ਉਹ ਹੀ ਹੈ, ਉਹ ਪਿੰਡ ਵਾਲੇ ਵੀ ਅਤੇ ਮੀਆਂ ਚੰਨੂ ਵਾਲੇ ਵੀ, ਅਤੇ ਅਸੀਂ ਵੀ, ਅਤੇ ਪਾਕਿਸਤਾਨ ਪੂਰਾ ਵੀ, ਹੁਣ 4 ਸੂਬਿਆਂ ਦਾ ਪੁੱਤਰ ਹੈ, ਆਜ਼ਾਦ ਕਸ਼ਮੀਰ ਦਾ ਵੀ ਉਹ ਪੁੱਤਰ ਹੈ, ਅਤੇ ਗਿਲਗਿਤ ਬਲਤਿਸਤਾਨ ਦਾ ਵੀ ਪੁੱਤਰ ਹੈ। ਅਸੀਂ ਸਾਨੂੰ ਸਾਰੀ ਕੌਮ ਨੂੰ ਨਾ ਇਹਨਾਂ ਗੱਲਾਂ ਨੂੰ ਸੋਚਣਾ ਪੈਣਾ। ਉਹ ਜਦੋਂ ਪਹਿਲਾਂ ਸੀ ਉਦੋਂ ਵੀ ਉਹਦੀ ਮਦਦ ਕਰ ਲੈਂਦੇ ਨਾ, ਉਹ ਪਹਿਲਾਂ ਹੀਰੋ ਬਣ ਜਾਂਦਾ, ਉਹ ਨਾ ਅੱਜ ਤੋਂ 2 ਸਾਲ ਪਹਿਲਾਂ 5ਵੇਂ ਨੰਬਰ 'ਤੇ ਹੁੰਦਾ। ਉਦੋਂ ਤੁਹਾਡੀ ਗੈਰਤ ਕੋਈ ਨਹੀਂ ਸੀ, ਉਦੋਂ ਅਰਸ਼ਦ ਨਦੀਮ ਕੋਈ ਨਹੀਂ ਸੀ, ਅੱਜ ਨਦੀਮ ਮਸ਼ਕਤ ਅੱਬੂ ਜੀ ਹੈ ਸਾਰਿਆਂ ਦਾ। ਸਾਨੂੰ ਸੋਚਣਾ ਪੈਣਾ ਇਹਨਾਂ ਗੱਲਾਂ ਨੂੰ, ਬਿਲਕੁਲ ਸੋਚਣਾ ਪੈਣਾ। ਬੰਦ ਕਰ।